अबे बॉर्डर से क्या बोला वहां इंडिया जाओ हमें डराना। ये तो एक मुंडा होया ते इको ही हां बैक के रोन लग पया। मैं पूछा की है, कहंदा काश ये बच्चा एक साल पहले होता तो मेरी शादी देख लेता। इन्हे धोती पाली ते नाल जेडे लड़ नहीं लमकदे हुंदे तो उन्हां नूं इशारे लवाए होए। अपनी भैन दा बुरका पा के कहंदा क्रिश फोर। अस्सलाम वालेकुम नाजरीन, मैं साजिद मिठा पुरिया, तो तुसी देख रहे हो सज्जाद जनी ऑफिशियल। नाजरीन तुसी मेरे नाल जिहड़े चेहरे है ना, चेहरे वेख के तुसी अंदाजा ला लेना कि मैं अज किस सिटी दे विच आया। मैं फैसलाबाद च नहीं आया, मैं इस वक्त हैगा केपे की दे विच। कित्थे भला केपे की, जिहड़े कि खैबर पख्तूनख्वा। मैनूं सही कहना इहनां दा, तुसी खास को हे कर रहे हैं। मेरे नाल पठान, यानी कि फटान, इंग्लिश च कहिंदे आ फटान ते उर्दू च कहिंदे पठान। मैं अज अपने खान वीरां दे कोल आया वां ਤੇ ਇਹਨਾਂ ਦੇ ਨਾਲ ਜ਼ਰਾ ਨਾ ਮੈਂ ਕਹਾਂ ਜ਼ਰਾ ਕੋਈ ਗੱਲਾਂ ਬਾਤਾਂ। ਇਹਨੇ ਕੁਝ ਪੁੱਛਣਾ ਕਿ ਨਸਵਾਰ ਦੇ ਵਿੱਚ ਕਿਹੜੀ ਕਿਹੜੀ ਆਈਟਮ ਆ, ਤੁਸੀਂ ਨਸਵਾਰ ਦੀ ਮੈਨੂੰ ਰੈਸਪੀ ਦੇਣੀ ਆ, ਕੀ ਪੈਂਦਾ ਨਸਵਾਰ ਦੇ ਵਿੱਚ, ਸਹੀ ਹੈ ਨਾ? ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਇਹ ਮੇਰਾ ਹੈ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਵਾਲੇਕੁਮ ਸਲਾਮ। ਮੈਂ ਤਾਂ ਕਿਹਾ ਹੀ ਨਹੀਂ ਸਲਾਮ ਵਾਲੇਕੁਮ, ਤੁਮ ਮੈਨੂੰ ਦੁਬਾਰਾ ਨਹੀਂ ਪੁੱਛਣਾ। ਨਹੀਂ ਤੈਨੂੰ ਮੈਂ ਮੁੜ ਕੇ ਕੁਛ ਨਹੀਂ। ਅਸਲਾਮ ਵਾਲੇਕੁਮ। ਮੈਨੇ ਵੀ ਆਪਕੋ ਨਹੀਂ ਕਿਹਾ, ਉਨਕੋ ਕਿਹਾ। ਥੈਂਕ ਯੂ। ਉਹ ਜੁਮਾ ਪੜ ਕੇ ਆਇਆ ਕਿ ਉਹਨੂੰ ਕਹਿਤਾ? ਹਫ਼ਤਾ ਪੜ ਕੇ ਆਇਆ। ਓ ਕਿੰਨਾ ਹਫ਼ਤਾ ਪੜ ਕੇ ਆਇਆ। ਆਪਕਾ ਨਾਮ ਕਿਆ ਹੈ? ਅਬਦੁਲ ਵਲੀ। ਅਬਦੁਲ ਵਲੀ, ਅੱਛਾ ਨਾਮ ਹੈ। ਔਰ ਆਪਕਾ? ਇਮਰਾਨ ਖਾਨ। ਇਮਰਾਨ ਖਾਨ, ਨਹੀਂ ਸਹੀ ਸਹੀ ਦੱਸ ਯਾਰ। ਅਮੀਰ ਖਾਨ। ਅਮੀਰ ਖਾਨ, ਤੋ ਤੁਮਨੇ ਪੁੱਠਾ ਨਾਮ ਰੱਖ ਲਿਆ, ਅਮੀਰ ਖਾਨ। ਇਹ ਜੋ ਇਲਾਕਾ ਹੈ ਕੇਪੇ ਕੀ, ਆਪ ਇੱਧਰ ਕੀ ਹੋ ਭਾਈ? ਇਹ ਕੇਪੇ ਕੀ ਲਈ ਹੈ। ਇਹ ਕਿਆ ਹੈ? ਇਹ ਮਕਵਾਣ ਹੈ। ਔਰ ਬਹੁਤ ਅੱਛੇ, ਮੈਂ ਮਸਾਂ ਹੀ ਪੜਦੇ ਪਾਉਂਦੇ ਸੀ, ਸਿੱਧੇ ਕਦਮ ਮਕਵਾਣ ਹੈ। ਨਾਜ਼ਰੀਨ ਨੇ ਮੈਨੂੰ ਫੜਵਾਤਾ। ਆਪਕਾ ਨਾਮ ਕਿਆ ਹੈ? ਨਸਵਾਰ ਖਾਨ। ਤੇਰਾ ਨਸਵਾਰ ਦੀ ਮਿੱਧੀ ਚੂੰਡੀ ਵਰਗਾ ਮੂੰਹ ਆ, ਕਿਹੜੇ ਫਕਰ ਨੂੰ ਨਸਵਾਰ ਖਾਨ। ਮੇਰਾ ਗਫਾਰ ਖਾਨ। ਗਫਾਰ ਖਾਨ, ਇਹ ਤੁਮ ਦੋਨੋ ਤਿੰਨੋ ਭਾਈ ਹੋ? ਨਹੀਂ, ਹਾਂ ਦੁਸ਼ਮਣ ਹੈ। ਓ ਆ ਪਠਾਨ ਦੇਖ ਲੋ। ਨਹੀਂ ਤੁਮ ਇਤਨੀ ਰਾਤ ਕੋ ਯਹਾਂ ਕਿਆ ਕਰ ਰਹੇ ਹੋ? ਹਮ ਚਿੜੀ ਚੱਕਾ ਖੇਡ ਰਹੇ। ਚਿੜੀ ਚੱਕਾ? ਹਾਂ, ਜਿਹਨੂੰ ਕੋ ਚੱਕੇ ਦੇ ਵਿੱਚ ਚਿੜੀ ਪਾ ਕੇ ਘਮਾਉਂਦੇ ਆ। ਹਾਂਜੀ। ਅਗਰ ਮੈਂ ਤੈਨੂੰ ਕਹਾਂ ਕਿ ਯਾਰ ਪਸ਼ਤੋ ਜੀ ਜੁਗਤ ਕਰ, ਤੋ ਕਰੇਗਾ ਨੂੰ ਪਸ਼ਤੋ ਜੁਗਤ? ਸਮਝ ਨਹੀਂ ਲੱਗੇ ਗਿਆ। ਜੁਗਤੇ ਆਤੀ ਆ? ਜੁਗਤੇ ਜੁਗਤੇ ਪੰਜਾਬੀ ਮੈਂ ਆਤੀ, ਉਰਦੂ ਪਸ਼ਤੋ ਮੈਂ ਨਹੀਂ ਆਤੀ। ਆ ਪਹਿਲੇ ਇੱਕ ਪੰਜਾਬੀ ਮੈਂ ਜੁਗਤ ਕਰੋ, ਫਿਰ ਆਪ ਤੂੰ ਪਸ਼ਤੋ ਮੈਂ ਕਰਨਾ। ਇਹਨੂੰ ਕਰ ਜੁਗਤ ਅੱਗੇ ਹੋ ਯਾਰ, ਤੇ ਤੁਹਾਨੂੰ ਜੁਗਤ ਹੋਣ ਲੱਗੀ ਐ ਐਕਟਿਵ ਹੋ। ਐ ਮਸੂਮ ਜਿਹਾ ਪਠਾਨ, ਸ਼ਰਮਾਉਂਦਾ ਵੀ ਆ। ਚਲੋ ਜੇ ਨਾ ਕਿ ਤੁਮ ਜਾਤੇ ਜਾਤੇ ਮੈਨੂੰ ਗੋਲੀ ਮਾਰ ਜੋ। ਬੰਦ ਤਾਣੇ ਦਾ ਸੱਚ ਹੁੰਦਾ ਈ। ਨਾਜ਼ਰੀਨ ਉਹਦੇ ਐਕਸੈਂਟ ਦਾ ਮਤਲਬ ਬੰਦ ਤਾਣੇ ਦਾ ਸੱਚ ਹੁੰਦਾ ਈ। ਬਹੁਤ ਅੱਛੇ, ਇਹੀ ਪਸ਼ਤੋ ਚ ਕਰ ਉਹਨੂੰ ਤਰਾ। ਪਸ਼ਤੋ ਚ ਨਹੀਂ ਆਉਂਦੀ ਮੈਨੂੰ। ਨਹੀਂ ਨਹੀਂ ਤੂੰ ਤਾਣੇ ਪਸ਼ਤੋ ਦੀ ਜ਼ੁਬਾਨ ਨਹੀਂ ਹੈਗੀ ਐ, ਤੇ ਪਸ਼ਤੋ ਚ ਇਹੀ ਜੁਗਤ ਨੂੰ ਕਰਦੇ ਉਲਟੇ ਨੂੰ ਹੀ ਮਾਰਦੇ। ਮੇਰੀ ਟੋਪੀ ਚੁਰਾਈ ਸਭ ਤੋਂ ਮਾੜੇ ਇਲਾਕੇ ਦੇ ਪਠਾਨ ਕਿਆ ਕੀ ਕੱਲ ਮੇਰੀ ਟੋਪੀ ਚਲੇ ਜੁਗੂ ਸੀਗੀ? ਨਹੀਂ ਯਾਰ, ਤੂੰ ਕਰ ਪਸ਼ਤੋ, ਪਹਿਲੇ ਪਸ਼ਤੋ ਚ ਕਰਨੀ ਹੈ ਫਿਰ ਉਹਦਾ ਤਰਜਮਾ ਕਰਨਾ ਪੰਜਾਬੀ ਚ। ਚੰਡ ਮਾਰੀ ਤੇ 15 ਨੂੰ ਕਾਲ ਕਰ ਦਿੱਤੀ। ਕਸਟਰਡ ਚਾਲੂ ਪਾ ਕੇ ਖਾਣ ਵਾਲਾ ਕਹਿੰਦਾ, ਕਸਟਰਡ ਚਾਲੂ ਪਾ ਕੇ ਖਾਣ ਵਾਲਾ। ਤੁਸੀਂ ਮਤਲਬ ਕਿ ਇਹ ਕੇਪੇ ਕੀ ਇਲਾਕਾ ਵਾ, ਇੱਥੇ ਕਿੰਨੀ ਦੇਰ ਤੋਂ ਰਹਿਣ ਡਏ ਆ? ਇੱਧਰ ਤਕਰੀਬਨ ਹੋ ਗਏ, ਪੈਦਾਇਸ਼ ਇੱਧਰ ਹੋਈ। ਪੈਦਾਇਸ਼ ਇੱਧਰ ਹੀ ਹੋਇਆ ਜੀ? ਔਰ ਤਿੰਨੋ ਕਜ਼ਨ ਹੈ ਆਪ? ਇਹ ਪੁੱਪੀ ਦਾ ਮੁੰਡਾ, ਪੁੱਪੀ ਦਾ, ਪੁੱਪੀ ਦਾ ਮੁੰਡਾ। ਅੱਛਾ, ਤੇ ਤੁਸੀਂ ਆਪਸ ਵਿੱਚ ਸਵਾਰ ਨਸੂਰ ਵੀ ਖਾਂਦੇ ਨਾ? ਰੁਕਾਤੀ ਹੈ ਯਾਰ ਭਾਈ, ਹਮ ਨਸਵਾਰ ਨਹੀਂ ਰੱਖਤੇ। ਇਹ ਬਾਤ ਠੀਕ ਹੈ ਕਿ ਪਠਾਨ ਕੋ ਜਬ ਤੱਕ ਨਸਵਾਰ ਨਾ ਮਿਲੇ ਉਸਕੋ ਕੁਛ ਦਿਖਤਾ ਨਹੀਂ ਹੈ? ਭਾਈ ਉਹ ਹੋਤੇ ਹੈ ਪਰ ਮੈਂ ਨਹੀਂ ਹੂੰ ਇਸ ਤਰ੍ਹਾਂ। ਇਸਕਾ ਭਾਈ ਹੈ? ਹੈ? ਇਸਕਾ ਭਾਈ ਹੈ, ਉਸਕੋ ਨਸਵਾਰ ਨਾ ਮਿਲੇ ਉਸਕੋ ਸਰ ਚੱਕਰ ਆਨੇ ਲੱਗ ਜਾਤਾ। ਲੈ ਨੂੰ ਹੁਣ ਜੁਗਤ ਮਾਰਨੀ ਆ ਪੰਜਾਬੀ ਚ। ਮੈਂ ਨਹੀਂ ਮਾਰ ਸਕਦਾ ਇਹਨੂੰ, ਮਾਰ। ਚੁੱਪ ਜੋ, ਤੇਰੇ ਨਾਲ ਮੈਂ ਕਹੂੰ ਉਦੋਂ ਬੋਲਣਾ ਤੂੰ। ਅੱਛਾ, ਤੂੰ ਤੇਰੇ ਕੋ ਮੈਂ ਪਿੱਛਾ ਨਹੀਂ ਸੁਣਨ ਰਿਹਾ, ਚੁੱਪ ਕਰ ਜਾ। ਇਹਦੇ ਘਰ ਮੰਗਣਾ ਲੈ ਕਹਿੰਦਾ ਲਾ ਵਾਸਤੇ ਕੁਝ ਦੇ, ਦਰਵਾਜ਼ੇ 'ਚ ਉਂਗਲਾਂ ਦੇ ਦਿੱਤੀਆਂ। ਚੱਲ ਤੂੰ ਵੀ ਕਰ, ਇਹ ਕਿਉਂ ਕਰਨ ਰਿਹਾ? ਇਹਦਾ ਖੋਤਾ ਕਰ ਦਿੰਦਾ ਜੇ ਤੂੰ ਕਰਨ ਰਿਹਾ।
ਇਹਨੇ ਨਾਜ਼ਰੀਨ ਉੱਥੇ ਜੈਨੂਅਨ ਗੱਲ ਸਾਡੀ ਜਾਨ ਖਾਣੀ ਲਈ ਸੀਗੀ ਪਤਾ ਨਹੀਂ ਕੀ ਮਸ਼ਰੇ ਪੁੱਠੇ ਸਿੱਧੇ ਦੇਈ ਜਾਂਦੇ ਹੁਣ ਜੁਗਤ ਕਰ ਲੈ ਇਹਨਾਂ ਜਿਹੜਾ ਮੂੰਹ ਅਜਿਹੇ ਖਰਾਤ ਦੇ ਵਿੱਚ ਮੰਗਣ ਵਾਲੇ ਆ ਜਾਂਦੇ ਚੰਡ ਮਾਰ ਕੇ ਨਿਕਾਲ ਦਿੰਦੇ ਨੇ ਅੱਛਾ ਬਹੁਤ ਅੱਛਾ ਮਾਰ ਜੂ ਤੈਨੂੰ ਤੇਰਾ ਬਈ ਨਾ ਇਹਨੇ ਪਹਿਲੀ ਵਾਰ ਸੈਂਡਲ ਲਿਆ ਨਵਾਂ ਨਵਾਂ ਤੇ ਭਜਿਆ ਜਾਂਦਾ ਅੱਗੇ ਗੋਬਰ ਹੈ ਤੇ ਕਲੋ ਗਿਆ ਸੋਚਣ ਲੱਗ ਪਿਆ ਕਹਿੰਦਾ ਇਹ ਕੀ ਆ ਤੇ ਇਹਨੇ ਉਂਗਲ ਨਾ ਆਇਆ ਚੜ ਕੇ ਵੇਖਿਆ ਕਹਿੰਦਾ ਉਹ ਇਹ ਤਾਂ ਗੋਬਰ ਹੈ ਸ਼ੁਕਰ ਹੈ ਸੈਂਡਲ ਨਹੀਂ ਖਰਾਬ ਹੋਆ ਬਾਰਡਰ 'ਚ ਜਾ ਕੇ ਕਹਿੰਦਾ ਮੇਰੀ ਗੇਂਦ ਆਈ ਗੇਂਦ ਦਿਓ ਮੇਰੀ ਯਾਰ ਆਹ ਪਠਾਨ ਚੰਗਾ ਵਾ ਇਹਨਾਂ ਚੋਂ ਇੱਧਰ ਚੋਂ ਪਠਾਨ ਆ ਕੇ ਮਾੜੀ ਟੈ ਆ ਇੰਡੀਆ ਗਿਆ ਤੇ ਬੜਿਆ ਗਿਆ ਉਹਨਾਂ ਨੇ ਪੁੱਛਿਆ ਇੱਧਰ ਕੀ ਲੈਣਾ ਹੈ ਆ ਕਹਿੰਦਾ ਮੈਂ ਮੀਤਾ ਮੱਚਨ ਦੇ ਕਰੋ ਤੇ ਕੇਬਲ ਦੀ ਫੀਸ ਲੈਣਾ ਹੈ ਮੈਂ ਵੀ ਮੈਂ ਥੋੜੇ ਲੈਂਦਾ ਕਹਿੰਦਾ ਮੀਤਾ ਮੱਚਨ ਆਏ ਬਾਰਡਰ ਤੇ ਗਿਆ ਬੋਲਿਆ ਵਾ ਇੰਡੀਆ ਦੀ ਆਵਾਮ ਨੂੰ ਡਰਾਉਣਾ ਉਹਨੂੰ ਕਰਦਾ ਨੀ ਜੁਗਤ ਕਰ ਜੁਗਤ ਉਹਨੂੰ ਇਹ ਦੋਵੇਂ ਭਰਾ ਚਾਤੇ ਸਿੱਧੇ ਰਾਤੀ ਤੇ ਬਾਦਲ ਹੈ ਬਾਦਲ ਗਰਜਿਆ ਤੇ ਜਦੋਂ ਬਿਜਲੀ ਕੜਕੀ ਤੇ ਮਤਲਬ ਬਾਰਿਸ਼ ਹੋਣ ਲੱਗ ਪਈ ਕਹਿੰਦਾ ਬਾਦਲ ਚੋਣ ਲੱਗ ਪਏ ਤੇ ਨਾਲ ਹੀ ਬਿਜਲੀ ਹੋ ਗਈ ਉਹ ਕਹਿੰਦਾ ਤੇ ਵੈਲਡਿੰਗ ਵਾਲਾ ਆ ਗਿਆ ਸੋ ਜਾ ਇਹਦਾ ਇੱਕ ਮੁੰਡਾ ਹੋਇਆ ਤੇ ਇੱਕੋ ਹੀ ਹਾਂ ਬਹਿ ਕੇ ਰੋਣ ਲੱਗ ਪਿਆ ਮੈਂ ਪੁੱਛਿਆ ਕੀ ਹੋਇਆ ਕਹਿੰਦਾ ਕਾਸ਼ ਇਹ ਬੱਚਾ ਇੱਕ ਸਾਲ ਪਹਿਲੇ ਹੋਤਾ ਤਾਂ ਮੇਰੀ ਸ਼ਾਦੀ ਦੇਖ ਲੈਤਾ ਤੁਸੀਂ ਬਹੁਤ ਬਹੁਤ ਅੱਛੇ ਤਰੀਕੇ ਨਾਲ ਨਿਕਲ ਜਾਓ ਬਹੁਤ ਸਾਨੂੰ ਤੂੰ ਮਾਸ਼ਾਅੱਲਾ ਨਾ ਲੋਟ ਪੋਟ ਕੀਤਾ ਆ ਜਾ ਨਾਲ ਲੈ ਜੀ ਆਪਣੇ ਰਿਮੋਟ ਨੂੰ ਲੈ ਜਾ ਨਾਲ ਉਹ ਵੇਖ ਕਿੱਦਾਂ ਵੱਜਦਾ ਫਿਰਦਾ ਜੀ ਮੈਂ ਨਾ ਕੋਈ ਹੋਰ ਬੰਦੇ ਬੁਲਾਉਂਦਾ ਵਾ ਤੂੰ ਨੇ ਇੱਦਾਂ ਜੁਗਤਾਂ ਕਰਨੀ ਮੈਂ ਤੇਰਾ ਸਾਥ ਦਿਆਂਗਾ ਇੱਦਾਂ ਹੀ ਹਟ ਘਬਰਾਉਣਾ ਨਹੀਂ ਟੈਨਸ਼ਨ ਲੈਣੀ ਠੀਕ ਆ ਠੀਕ ਹੈ ਅਸਲਾਮ ਵਾਲੇਕੁਮ ਭਾਜੀ ਵਾਲੇਕੁਮ ਸਲਾਮ ਆਵਾਜ਼ ਨਹੀਂ ਆਉਂਦੀ ਮੈਕ ਮੁੱਕ ਭਾਜੀ ਅਗਰ ਮੈਂ ਤੁਹਾਡਾ ਸੌਰੀ ਸ਼ੋਅ ਫੀ ਜਮ੍ਹਾਂ ਕਰਨ ਲੱਗਾ ਤੁਹਾਡਾ ਮੈਂ ਮੂੰਹ ਸਿੱਧਾ ਕਰਾਤਾ ਨਾ ਤੇ ਵੈਸੇ ਹਾਸਾ ਆ ਜਾਣਾ ਠੀਕ ਹੋ ਗਿਆ ਬਾਕੀ ਦਿਲਜ਼ਾਰੀ ਨੇ ਮਾਦਰਤ ਤੁਹਾਡਾ ਨਾਮ ਕੀ ਆ ਮੁਹੰਮਦ ਰਹਿਮਾਨ ਮਾਸ਼ਾਅੱਲਾ ਕਿੱਡਾ ਪਿਆਰਾ ਨਾਮ ਆ ਭਾਜੀ ਰਹਿਮਾਨ ਤੁਹਾਨੂੰ ਪਤਾ ਤੁਸੀਂ ਸਿਰਫ ਜੁਗਤਾਂ ਵਾਸਤੇ ਆਏ ਇਸ ਤੋਂ ਇਲਾਵਾ ਆਪਣਾ ਕੋਈ ਕੰਮ ਨਹੀਂ ਸਿਰਫ ਆਵਾਮ ਨੂੰ ਹਸਾਉਣਾ ਇੰਟਰਟੇਨ ਕਰਨਾ ਹਮਾਰਾ ਸਮੰਦਰ ਖਾਨ ਕਿਆ ਨਾਮ ਤੇਰਾ ਮੇਰਾ ਕੁਛ ਨਹੀਂ ਹੈ ਕਿ ਜੁਗਤਾ ਇਹਨੂੰ ਮਾਰਨੀ ਹੈ ਮੈਨੂੰ ਮਾਰ ਲਾ ਬਾਕੀ ਤੁਮਨੇ ਇਸ ਕੋਈ ਮਾਰਨੀ ਹੈ ਪਹਿਲੇ ਉਹ ਸ਼ੁਰੂਆਤ ਕਰੇ ਖਤਮ ਮੈਂ ਕਰੂੰਗਾ ਹੁਣ ਤੇ ਬਈ ਹਾਂਜੀ ਹਾਂ ਮਾਰ ਬੜਾ ਥੈਂਕ ਯੂ ਇਹ ਮੈਂ ਰੱਖ ਲੂ ਜੀ ਆਪ ਰੱਖ ਲੈ ਥੈਂਕ ਯੂ ਕਿਆ ਇੰਟਰਵਿਊ ਕੋ ਬਾਅਦ ਦੇ ਦੇਣਾ ਵਾਪਸ ਜਾਣਾ ਕੀ ਯਾਰ ਮੇਰੀ ਬਾਤ ਸੁਣੋ ਤੁਮ ਵੀ 1 ਮਿੰਟ ਵੇਟ ਕਰੋ ਜ਼ਰਾ ਤੁਮ ਨਾ ਜ਼ਰਾ ਸੋਚ ਲਓ ਆਪਣਾ ਹਾਂ ਖਾਨ ਸਾਹਿਬ ਜਦੋਂ ਦਾ ਮੈਂ ਸ਼ੋਅ ਸ਼ੁਰੂ ਕੀਤਾ ਨਾ ਮਾਸ਼ਾਅੱਲਾ ਚੀਆਂ ਜੁਗਤਾਂ ਕਰਨ ਡਿਆ ਔਰ ਇਹਦੇ ਐਕਸੈਂਟ ਦਾ ਬੜਾ ਮਜ਼ਾ ਆਉਂਦਾ ਤੂੰ ਇਹਨੂੰ ਕੋਈ ਜੁਗਤ ਕਰ ਇੱਕ ਅੱਧੀ ਆ ਉਹਨੇ ਨੂੰ ਕਰਨੀ ਆ ਤੇਰਾ ਹੱਥ ਪਰਲੇ ਵਾਲਾ ਜਾਵੇ ਇੱਦਾਂ ਨਾ ਕਰੀ ਆਪਣਾ ਯਾਰ ਆ ਲਾਲਟਨ ਤੇ ਚਾਹ ਗਰਮ ਕੀਤੀ ਥੋੜੀ ਨਾ ਜਲੇਬੀ ਸਿੱਧੀ ਕੀਤੀ ਯਾਰ ਇਹ ਤੂੰ ਕੋਈ ਜੁਗਤ ਨਹੀਂ ਕਰ ਰਿਹਾ ਤੂੰ ਆਪਣੇ ਦਿਲ ਕਾ ਬੜਾਸ ਨਿਕਾਲ ਰਿਹਾ ਤੂੰ ਨਹੀਂ ਟੈਨਸ਼ਨ ਲੈਣਾ ਤੂੰ ਵੀ ਇਸ ਤਰ੍ਹਾਂ ਕੀ ਯਾਦ ਕਰ ਲਓ ਪਠਾਨ ਐਡਾ ਪਾਗਲ ਆ ਤੇ ਨਹਿਰ ਤੇ ਕੰਧਾਂ ਕੀਤੀਆਂ ਮੈਂ ਕਿਹਾ ਇਹ ਕੀ ਕਹਿੰਦਾ ਹਮਾਮ ਹੋਰ ਆਪਣਾ ਨਾਮ ਕੀ ਸੀ ਤੁਹਾਡਾ ਇਮਰਾਨ ਹੈਦਰ ਇਮਰਾਨ ਹੈਦਰ ਮਾਸ਼ਾਅੱਲਾ ਹੋਰ ਇਮਰਾਨ ਭਾਈ ਯਾਰ ਮੈਂ ਤੇਰਾ ਹਿਸਾਬ ਲਾਇਆ ਤੂੰ ਨਾ ਪਠਾਨ ਤੇ ਲੈ ਕੇ ਹੌਲਾ ਵਾ ਮੈਂ ਕਿਸੇ ਹੋਰ ਕਰੈਕਟਰ ਨੂੰ ਆਵਾਜ਼ ਦਿੰਦਾ ਤੂੰ ਉਹਦੇ ਨਾਲ ਜੁਗਤਾਂ ਕਰਨੀਆਂ ਸਹੀ ਆ ਯਾਰ ਤੁਹਾਡਾ ਬਹੁਤ ਸ਼ੁਕਰੀਆ ਤੁਮਨੇ ਬਹੁਤ ਅੱਛਾ ਜੁਗਤੇ ਕੀ ਔਰ ਮੈਂ ਬਹੁਤ ਤੁਹਾਡਾ ਮਸ਼ਕੂਰ ਹੂੰ ਤੁਮਨੇ ਕੈਬ ਵੀ ਦਿਆ ਤੁਮਸੇ ਗੁਜ਼ਾਰਿਸ਼ ਹੈ ਇਸਕੋ ਉਠਾਓ ਇਸਕੋ ਉਠਾ ਦੋ ਮੇਰਾ ਯਾਰ ਇੱਥੇ ਇੱਕ ਫਰੈਂਡ ਆ ਉਹਨੂੰ ਮੈਂ ਆਵਾਜ਼ ਦਿੰਦਾ ਵਾ ਉਹਨੂੰ ਸਾਰੀ ਆਡੀਅੰਸ ਵੀ ਜਾਣਦੀ ਤੇ ਮੇਰਾ ਭਾਈ ਤੁਹਾਨੂੰ ਜੁਗਤਾਂ ਕਰਨੀਆਂ ਵਾ ਤੇ ਮੈਂ ਦੇਖਦਾ ਤੂੰ ਉਹਦੇ ਕੋਲ ਜਿੱਤਦਾ ਕਿ ਉਹ ਤੇਰੇ ਕੋਲ ਜਿੱਤਦਾ ਸਹੀ ਆ ਕਾਦਰੀਆ ਨਾਜ਼ਰੀਨ
ਨਾਜ਼ਰੀਨ ਹਾਜੀ ਕਾਦਰ ਮੈਂ ਕਹਿੰਦਾ ਕਿ ਕਿਸੇ ਤਾਰੀਫ ਦੇ ਮੁਹਤਾਜ ਨਹੀਂ ਮੈਂ ਕਹਿੰਦਾ ਯਾਰ ਨੂੰ ਕੌਣ ਨਹੀਂ ਜਾਣਦਾ ਸ਼ਹਿਜ਼ਾਦਾ ਬਸ ਇਹੀ ਦੱਸਣਾ ਸੀ ਓਕੇ ਸਰ ਅੱਲਾ ਹਾਫਿਜ਼ ਪਠਾਨ ਦੇ ਮਾਮੇ ਦੇ ਘਰ ਮੁੰਡਾ ਆਇਆ ਤੇ ਯਾਰ ਜਨਾ ਤੈਨੂੰ ਕਿਹਾ ਜੁਗਤ ਕਰ ਯਾਰ ਉਸ ਵਿਚਾਰੇ ਖਰੀਦ ਦਾ ਕੀ ਕਸੂਰ ਆਪਾਂ ਇਹਨੂੰ ਕਰਨੀ ਆ ਸਾਡੇ ਪੰਜਾਬੀਆਂ ਨੂੰ ਕਰਨ ਦਿਆ ਯਾਰ ਇਹ ਯਾਰ ਭਰਾ ਸਾਰੇ ਫੈਸਲਾਬਾਦ ਚ ਆ ਗਏ ਪੰਜਾਬੀ ਬਲੋਚੀ ਪਠਾਨ ਸਾਰੇ ਹਿੰਦੀ ਸਿੰਧੀ ਸਾਰੇ ਭਰਾ ਵਾ ਇਦਾਂ ਨਹੀਂ ਕਹਿਦਾ ਹੁੰਦਾ ਇਹਨੂੰ ਜੁਗਤ ਕਰਨੀ ਜ਼ਰਾ ਇਹਨੇ ਧੋਤੀ ਪਾ ਲਈ ਤੇ ਨਾਲ ਜਿਹੜੇ ਲੜ ਨਹੀਂ ਲਮਕਦੇ ਹੁੰਦੇ ਤੇ ਉਹਨਾਂ ਨੂੰ ਇਸ਼ਾਰੇ ਲਵਾਏ ਹੋਏ ਇਹਨੇ ਨਾ ਆਹ ਬਾਹਰ ਲੈਟਰੀਨ ਦਾ ਠੇਕਾ ਲੈ ਲਿਆ ਤੇ ਉੱਥੇ ਬਾਹਰ ਲਿਖਾਇਆ ਜਹਾਂ ਵਾਈ ਫਾਈ ਕੀ ਵੀ ਸਹੂਲਤ ਮੌਜੂਦ ਹੈ ਨੈ ਚ ਟਰੈਕਟਰੀ ਪਾ ਕੇ ਕਹਿੰਦੇ ਸਾਰਾ ਕੱਟਾ ਮੇਰਾ ਯਾਰ ਨਹਿਰ ਚ ਟਰੈਕਟਰੀ ਪਾ ਕੇ ਕਹਿੰਦਾ ਸਾਰਾ ਕੱਟਾ ਮੇਰਾ ਪਠਾਨ ਪਠਾਨ ਐਡਾ ਪਾਗਲ ਆ ਉਹ ਬਾਥਰੂਮ ਚ ਬੰਦਾ ਜਾਂਦੇ ਤੇ ਉਹਨੂੰ ਤਵੀਤ ਦੇਣ ਦਿਆ ਕਹਿੰਦਾ ਤੈਨੂੰ ਚੱਕਰ ਨਹੀਂ ਆਣੇ ਪੈਰਾ ਭਰ ਬੈਠਦਾ ਮੈਂ ਨੀ ਕਿਹਾ ਕਦੀ ਡਰਾਈਵਰ ਚ ਬੈਠਾ ਕਹਿੰਦਾ ਬੈਠਾ ਨੀ ਦੋ ਤਿੰਨ ਵਜੇ ਥੱਲੇ ਆਇਆ ਤੇਰੇ ਕੇ ਬੱਚੇ ਪੈਂਟ ਕੋਟ ਵੀ ਸੋਹਣਾ ਪਾ ਲੈਣਾ ਨਹਾ ਧੋ ਵੀ ਲੈਣਾ ਫਿਰ ਮਲੇ ਚੋ ਇੱਕ ਬਾਬਾ ਕਹਿਣਾ ਅੱਜ ਰੇੜੀ ਨਹੀਂ ਲਾਉਣੀ ਆਪਣੀ ਭੈਣ ਦਾ ਬੁਰਕਾ ਪਾ ਕੇ ਕਹਿੰਦਾ ਕ੍ਰਿਸ਼ ਫੋਰ ਸਹੀ ਦੱਸੀ ਦੋਸਤਾ ਝੂਠ ਨਾ ਬੋਲੀ ਤੂੰ ਕੇਰੀ ਵਾਲੀ ਛਲੀਆਂ ਵੇਚਦਾ ਨਾ ਨਹੀਂ ਯਾਰ ਸੁੰਡੀ ਵਾਲੀਆਂ ਹੈ ਸੁੰਡੀ ਵਾਲੀਆਂ ਛਲੀ ਸੁੰਡੀ ਕਿੱਥੋਂ ਦੇ ਲਾਵਾਂ ਛਤਰ ਭਾਈ ਸੁੰਡੀ ਛਲੀ ਚ ਸੁੰਡੀ ਹੁੰਦੀ ਹੋਰ ਜਾਮਾ ਖੜਾ ਕੀਤਾ ਹੁੰਦਾ ਹਾਂ ਲੈ ਹੋਰ ਜਾਮਾ ਖੜਾ ਕੀਤਾ ਹੁੰਦਾ ਗੋਦਾਮ ਚ ਬੋਰੀਆਂ ਕੱਢੇ ਨਾ ਆਖਰੀ ਬੋਰੀ ਥੱਲੇ ਇਹਦੇ ਦੀ ਚੂਈ ਨਿਕਲਦੀ ਆਪਣਾ ਹੀ ਮੂੰਹ ਤੇ ਇਹ ਤਾਂ ਦਾਲ ਨਾ ਬੰਦ ਖਾਦਾ ਕਹਿੰਦਾ ਖਿੱਚ ਕੇ ਕਿਹਾ ਦਾਲ ਨਾ ਬੰਦ ਖਾਦਾ ਹਾਜੀ ਤੂੰ ਪਠਾਨ ਨੂੰ ਕੋ ਜੁਗਤ ਕਰ ਯਾਰ ਜੁਗਤਾਂ ਛੱਡ ਦੇ ਸੁਨੇਹਾਂ ਨੂੰ ਬੁਲਾ ਕਿਉਂ ਸੁਨੇਹਾਂ ਨੂੰ ਬੁਲਾ ਯਾਰ ਤੁਹਾਨੂੰ ਆਪਣੀ ਆਵਾਜ਼ ਦੇ ਲੈ ਮੇਰੇ ਯਾਰ ਉਹਨੂੰ ਆਵਾਜ਼ ਦੇ ਸੁਨੇਹਾਂ ਨੇ ਹਾਂ ਮੈਂ ਨਹੀਂ ਤੈਨੂੰ ਬੁਲਾਇਆ ਭਾਈ ਸਿੱਧੀ ਸਾਫ਼ ਗੱਲ ਆ ਤੈਨੂੰ ਆ ਹਾਜੀ ਕਾਦਰ ਨੇ ਬੁਲਾਇਆ ਵਾ ਕੀ ਕਾਲੂ ਨੇ ਹਾਜੀ ਕਾਦਰ ਨੇ ਇਹਦੇ ਅੱਬੂ ਤੈਨੂੰ ਪਤਾ ਹੱਜ ਕਰਨ ਗਏ ਭਲਾ ਇੱਥੇ ਕੀ ਕਹਿ ਗਏ ਸੀ ਕਹਿੰਦਾ ਮੈਂ ਸ਼ੈਤਾਨ ਦੇ ਮਜ਼ਾਰ ਤੇ ਚੱਲਾਂ ਸਿੱਧਾ ਕਹਿੰਦੇ ਕਿ ਮੈਂ ਬੇਟੇ ਅਸੀਂ ਜਹਾਜ਼ ਤੇ ਉਦੋਂ ਬੈਠੇ ਸੀ ਐਰੋਪਲੇਨ ਤੇ ਤੁਹਾਡੇ ਘਰ ਜਦੋਂ ਕੋਈ ਮੰਠਾਰ ਤੇ ਨਹੀਂ ਸੀ ਬੈਠਾ ਨਹੀਂ ਕੀ ਦੱਸ ਮੈਨੂੰ ਮੈਂ ਦੱਸਦਾ ਇਹ ਲੰਡੇ ਜੋ ਕੀਮਾ ਲਿਆਉਂਦੇ ਰਹੇ ਇਹਦਾ ਦਾਦਾ ਮਰ ਗਿਆ ਤੇ ਲੰਡੇ ਚ ਫਿਰ ਰਿਹਾ ਕਫਨ ਲੈਣ ਦਿਆ ਆਪਣੇ ਘਰਦਿਆਂ ਚ ਸ਼ੋਅ ਮਾਰਿਆ ਕਹਿੰਦਾ ਫੂਡ ਪਾਂਡਾ ਵਾਲਿਆਂ ਨੂੰ ਡਰਾਵਾਂ ਕਹਿੰਦਾ ਹਾਂ ਡਰਾਓ ਤੇ ਫੋਨ ਕਰਕੇ ਸ਼ੇਰ ਦੀਆਂ ਆਵਾਜ਼ਾਂ ਕੱਢ ਰਹੇ ਇਹ ਵੀ ਫੂਡ ਪਾਂਡਾ ਵਾਲਿਆਂ ਨੂੰ ਕਹਿਣ ਦਿਆ ਮੈਂ ਬੁਲੀ ਘੱਲਣ ਲੱਗਾ ਬੁਲੀ ਉਹ ਕਹਿੰਦਾ ਨਾ ਯਾਰ ਕਹਿੰਦਾ ਮੈਂ ਬੁਲੀ ਘੱਲਣ ਲੱਗਾ ਕਹਿੰਦਾ ਘੱਲ ਕਹਿੰਦਾ ਜਾਓ ਅਬੂ ਜੀ ਇਹਦੀ ਸ਼ਕਲ ਦੇਖ ਲਾ ਖੋਤੇ ਜਿੱਡਾ ਹੋ ਗਿਆ ਵਾ ਇਹਨੂੰ ਇਹ ਹੀ ਨਹੀਂ ਪਤਾ ਮੈਨੂੰ ਕਹਿੰਦਾ ਉਹ ਬਿਨੀਆ ਮੀਨ ਵਾਲੇ ਕਾਰਟੂਨ ਲਾ ਭਲਾ ਕਿਹੜੇ ਮਿਸਟਰ ਬੀਨ ਵਾਲੇ ਬਾਹੂਬਲੀ ਫਿਲਮ ਦੇਖ ਰਹੇ ਉਹਨੇ ਪਹਾੜ ਤੋੜਿਆ ਵਾ ਤੇ ਆਪਣੇ ਅੱਬੂ ਤੇ ਲਾਨ ਤਾਂ ਪਾ ਰਹੇ ਹੁਣ ਚਿੜੀਆ ਘਰ ਜਾ ਕੇ ਫੋਨ ਕੀਤਾ ਕਹਿੰਦਾ ਮੈਂ ਨਾਨਕਿਆਂ ਤੇ ਆਇਆ ਉਹ ਜੀ ਉਹ ਹਾਜੀ ਸਜ਼ਾਦਾ ਲੱਗਾ ਚੜ੍ਹ ਕੇ ਆਇਆ ਕਾਲੂ ਨੇ ਨਵੀਂ ਖੋਤਾ ਰੇੜੀ ਲਈ ਤੇ ਆਪਣੇ ਸਹੁਰੇ ਆ ਕੇ ਸ਼ੋਅ ਮਾਰਨ ਲਈ ਉਹਦੇ ਫੱਟੇ ਨੀਲਾ ਤੇ ਲਾਲ ਕਰਾਇਆ ਪੁਲਿਸ ਵਾਲਾ ਇਹਦਾ ਦਾਦਾ ਮਰ ਗਿਆ ਤੇ ਬਾਈ ਨਾਲ ਰਹਿਣ ਲੱਗ ਪਿਆ ਸਰਵਾਲਾ ਮੈਂ ਬਣਨਾ ਇਹਦਾ ਇਹਦਾ ਦਾਦਾ ਮਰ ਗਿਆ ਰੋਣ ਲੱਗ ਗਿਆ ਕਿ ਸਰਵਾਲਾ ਮੈਂ ਬਣਨਾ ਲਓ ਨਾਜ਼ਰੀਨ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਤੁਹਾਡੇ ਪਿਆਰ ਦਾ ਤੁਹਾਡੀ ਦੁਆਵਾਂ ਦਾ ਇਹ ਖਾਨ ਸਾਹਿਬ ਮੇਰੇ ਵੀਰ ਨੇ ਸਾਰਾ ਪਾਕਿਸਤਾਨ ਸਾਡਾ ਲੇਕਿਨ ਮੈਂ ਕੇਪੇ ਕੀ ਨਹੀਂ ਫਿਰਨ ਰਿਹਾ ਮੈਂ ਤੁਸੀਂ ਲਾਗੇ ਪਾਈਨ ਗਾਰਡ ਫਿਰਨ ਰਿਹਾ ਸੀ ਕਿ ਤੁਸੀਂ ਸਮਝੋ ਕਿ ਕੇਪੇ ਕੀ ਵੀ ਗਿਆ ਵਾ ਕਿੱਥੇ ਭਲਾ ਨਹੀਂ ਉਹ ਬਾਰ ਬਾਰ ਫਿਰ ਦੱਸੀ ਜਾਵਾਂ ਜ਼ਿਲ੍ਹਾ ਵੀ ਦੱਸਣਾ ਇਹ ਦਫ਼ਤਰ ਹੀ ਇੱਥੇ ਪਾ ਲੈਂਦੇ ਆ ਜ਼ਿਲ੍ਹਾ ਲੈ ਲਓ ਨਾਜ਼ਰੀਨ ਪ੍ਰੋਗਰਾਮ ਦਾ ਵਕਤ ਖਤਮ ਹੋ ਗਿਆ ਤੇ ਜਿਹੜਾ ਵਾਇੰਡ ਅਪ ਆ ਨਾ ਮੈਂ ਕਹਿੰਦਾ ਮਾੜਾ ਦਿਲ ਤਰਾਸ਼ਿਆ ਪਖੇਰ ਰੱਖ ਲਏ ਖਾਨ ਸਾਹਿਬ ਦੇਣਗੇ ਖਾਨ ਸਾਹਿਬ ਤੁਸੀਂ ਸਾਡੀ ਨਾਜ਼ਰੀਨ ਨੂੰ ਕਹਿਣਾ ਵਾ ਕਿ ਖਾਨ ਸਾਹਿਬ ਪ੍ਰੋਗਰਾਮ ਦਾ ਵਕਤ ਖਤਮ ਹੋ ਗਿਆ ਵਾ ਸਰ ਦੱਸੋ ਜ਼ਰਾ ਨਿਜ਼ਾਮ ਜਿਹੜਾ ਕਿੱਦਾਂ ਕਰੀਦਾ ਵਾਇੰਡ ਅਪ ਦੇਣਾ ਵਾਇੰਡ ਅਪ ਵਾਇੰਡ ਅਪ ਕੀ ਹੁੰਦਾ ਹੈ ਉਹ ਵਾਇੰਡ ਅਪ ਮਾਈਂਡ ਅਪ ਨਹੀਂ ਵਾਈਂਡ ਅਪ ਯਾਨੀ ਕਿ ਪ੍ਰੋਗਰਾਮ ਕਲੋਜ਼ ਕਰਨਾ ਪ੍ਰੋਗਰਾਮ ਖਤਮ ਕਰਨਾ ਬਾਈ ਖਤਮ ਕਰਨਾ ਤਾਂ ਖਤਮ ਕਰੋ ਮੈਨੂੰ ਕੋਈ ਆਪਕੋ ਰੋਕਾ ਨਹੀਂ ਨਹੀਂ ਨਾਜ਼ਰੀਨ ਪ੍ਰੋਗਰਾਮ ਕਾ ਵਕਤ ਖਤਮ ਹੁਆ ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਦੀਜੀਏ ਅੱਲਾਹ ਹਾਫਿਜ਼ ਇਹ ਕਹਿ ਪਹਿਲੇ ਅਗਲੇ ਪ੍ਰੋਗਰਾਮ ਨਹੀਂ ਨਹੀਂ ਨਾਜ਼ਰੀਨ ਪ੍ਰੋਗਰਾਮ ਕਾ ਵਕਤ ਖਤਮ ਹੁਆ ਨਾਜ਼ਰੀਨ ਪ੍ਰੋਗਰਾਮ ਕਾ ਵਕਤ ਖਤਮ ਹੋ ਗਿਆ ਤਾਂ ਸਹੀ ਹੈ ਸਹੀ ਹੈ ਜਬ ਤੱਕ ਦੂਸਰੀ ਪ੍ਰੋਗਰਾਮ ਨਹੀਂ ਆਇਆ ਨਾਜ਼ਰੀਨ ਪ੍ਰੋਗਰਾਮ ਕਾ ਵਕਤ ਖਤਮ ਹੁਆ ਹਜ਼ਰਤ ਓ ਯਾਰ ਨਹੀਂ ਐਲਾਨ ਨਹੀਂ ਕਰਦਾ ਕੁਛ ਤੋਂ ਜੀ ਕਹਿ ਦੇ ਨਾਜ਼ਰੀਨ ਪ੍ਰੋਗਰਾਮ ਕਾ ਵਕਤ ਖਤਮ ਹੁਆ ਇਨਨ ਲਿਲਾਹ ਵੈਨਾ ਓ ਪ੍ਰੋਗਰਾਮ ਓ ਫਿਟਮ ਪ੍ਰੋਗਰਾਮ ਫੌਤ ਹੋਇਆ ਪ੍ਰੋਗਰਾਮ ਕਾ ਮੈਂ ਐਸੇ ਨਹੀਂ ਕਹਿਣਾ ਪ੍ਰੋਗਰਾਮ ਕਾ ਵਕਤ ਖਤਮ ਹੁਆ ਨਾਜ਼ਰੀਨ ਪ੍ਰੋਗਰਾਮ ਕਾ ਵਕਤ ਖਤਮ ਹੁਆ ਆ ਮੈਂ ਅਗਲਾ ਮੌਕਾ ਦੇ ਕੇ ਦੂਸਰੀ ਵੀਡੀਓ ਵੀ ਇਹੀ ਬਣਾ ਪਾਏ ਅੱਲਾ ਹਾਫਿਜ਼
अल्लाह हाफिज़। बहुत बहुत शुक्रिया नाजरीन, थैंक यू, अल्लाह हाफिज़।